ਕਿਸੇ ਵੇਲੇ ਵੀ ਗ੍ਰਿਫਤਾਰ ਹੋ ਸਕਦਾ ਹੈ ਗੁਰਿੰਦਰ ਰੰਗਰੇਟਾ। ਕੁੜੀਆਂ ਨੂੰ ਮਾੜਾ ਬੋਲਣ ਅਤੇ ਲਿਖਣ ਤੇ ਦਰਜ ਹੋਇਆ ਇਹ ਪਰਚਾ। ਪੀਪੀ ਸੁਖਵਿੰਦਰ ਸਿੰਘ ਨੇ ਅੱਜ ਤੜਕਸਰ ਕਮਿਸ਼ਨਰ ਦਫ਼ਤਰ ਜਾ ਕੇ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਧਾਰਾ 354 ਦੇ ਤਹਿਤ ਗੁਰਿੰਦਰ ਰੰਗਰੇਟਾ 'ਤੇ ਮਾਮਲਾ ਦਰਜ ਹੋ ਗਿਆ। ਇਹ ਮਾੜੀ ਸ਼ਬਦਾਵਲੀ ਬੋਲਣਾ ਮਹਿੰਗਾ ਪਿਆ ਹੈ ਰੰਗਰੇਟੇ ਨੂੰ, ਤਾਂ ਰੰਗਰੇਟਾ ਗ੍ਰਿਫਤਾਰ ਕਿਸੇ ਵੇਲੇ ਵੀ ਹੋ ਸਕਦਾ ਹੈ। ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਭਖਿਆ ਸੀ, ਬਾਅਦ ਦੇ ਵਿੱਚ ਅੱਜ ਸੁਖਵਿੰਦਰ ਪੀਪੀ ਜੋ ਕਿ ਸਾਬਕਾ ਪੁਲਿਸ ਕਰਮੀ ਨੇ ਉਹਨਾਂ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਧਾਰਾ 354 ਦੇ ਤਹਿਤ। ਹੁਣ FIR ਦਰਜ ਹੋ ਗਈ ਆ, ਪਰਚਾ ਪੈ ਗਿਆ ਇਹ ਗੁਰਿੰਦਰ ਰੰਗਰੇਟੇ ਦੇ, ਕਦੇ ਵੀ ਗ੍ਰਿਫਤਾਰ ਹੋ ਸਕਦਾ ਇਹ ਰੰਗਰੇਟਾ। ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਵਿੱਚ ਕੇਸ ਦਰਜ ਹੋਇਆ, ਇਹ ਤਾਂ ਵੱਡੀ ਖਬਰ ਹੈ ਇਸ ਵੇਲੇ ਲਈ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਉੱਪਰ ਇਤਰਾਜ਼ਯੋਗ ਭਾਸ਼ਾ ਲਿਖਣ ਵਾਲੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਅੱਜ ਪੁਲਿਸ ਕਮਿਸ਼ਨਰ ਨੂੰ ਮਿਲਣ ਵੇਲੇ ਪੀਪੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਜਿਹੜਾ ਥਾਣਾ ਹੈ ਉਸ ਥਾਣੇ ਦੇ ਵਿੱਚ ਗੁਰਿੰਦਰ ਸਿੰਘ ਰੰਗਰੇਟਾ ਖਿਲਾਫ਼ IPC ਧਾਰਾ 354, 294, 509, 506, IT ਐਕਟ ਦੀ ਧਾਰਾ 67 ਅਤੇ 67A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੇ ਖਿਲਾਫ਼ ਪੀਪੀ ਸੁਖਵਿੰਦਰ ਸਿੰਘ ਨੇ ਉਹਨਾਂ ਦੀਆਂ ਧੀਆਂ ਭੈਣਾਂ ਬਾਰੇ ਸੋਸ਼ਲ ਮੀਡੀਆ 'ਤੇ ਗਲਤ ਸ਼ਬਦਾਵਲੀ ਲਿਖਣ ਦਾ ਆਰੋਪ ਲਗਾਇਆ ਸੀ, ਜਿਸ ਤੋਂ ਬਾਅਦ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਹੈ ਗ੍ਰਿਫਤਾਰੀ। ਜ਼ਿਕਰਯੋਗ ਤੁਹਾਨੂੰ ਦੱਸ ਦਈਏ ਕਿ ਕਿਸੇ ਵੇਲੇ ਵੀ ਇਸ ਦੀ ਗ੍ਰਿਫਤਾਰੀ ਹੋ ਸਕਦੀ ਹੈ, ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਗਲਤ ਸ਼ਬਦਾਵਲੀ ਲਿਖ ਅਤੇ ਬੋਲ ਚੁੱਕਾ ਹੈ ਗੁਰਿੰਦਰ ਸਿੰਘ ਰੰਗਰੇਟਾ, ਤਾਂ ਲਗਾਤਾਰ ਇਸ ਦੀਆਂ ਹੁਣ ਜਿਹੜੀਆਂ ਮੁਸ਼ਕਲਾਵਾਂ ਨੇ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਗੁਰਿੰਦਰ ਸਿੰਘ ਰੰਗਰੇਟੇ ਦੀਆਂ, ਜਿਸ 'ਤੇ ਹੁਣ 354 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਧਾਰਾ 354 ਤਹਿਤ ਕਿਸੇ ਕੁੜੀ ਨੂੰ ਅਸ਼ਲੀਲ ਇਸ਼ਾਰਾ ਕਰਨਾ, ਉਸਦੇ ਬਾਰੇ ਕੁਝ ਗਲਤ ਲਿਖਣਾ, ਐਸਾ ਅਪਰਾਧ ਕਰਨ 'ਤੇ 354 ਲੱਗਦੀ ਹੈ। ਅਤੇ ਹੁਣ ਇਸ 'ਤੇ 354 ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਗੁਰਿੰਦਰ ਸਿੰਘ ਰੰਗਰੇਟਾ, ਜਿਸ ਦੇ ਖਿਲਾਫ਼ ਪੀਪੀ ਸੁਖਵਿੰਦਰ ਸਿੰਘ ਦੇ ਵੱਲੋਂ ਆਵਾਜ਼ ਚੱਕੀ ਗਈ, ਕਿਉਂਕਿ ਮਾੜੀ ਸ਼ਬਦਾਵਲੀ ਲਗਾਤਾਰ ਰੰਗਰੇਟਾ ਕਦੇ ਕਿਸੇ ਖਿਲਾਫ਼ ਕਦੇ ਕਿਸੇ ਖਿਲਾਫ਼ ਬੋਲਦਾ ਰਹਿੰਦਾ ਸੀ। ਅਤੇ ਹੁਣ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀਪੀ ਸੁਖਵਿੰਦਰ ਸਿੰਘ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੀ ਧੀਆਂ ਬਾਰੇ ਉਹਨੇ ਗਲਤ ਲਿਖਿਆ ਹੈ, ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਿੱਤੀ ਅਤੇ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਕਿਸੇ ਵੇਲੇ ਵੀ ਰੰਗਰੇਟੇ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪੁਲਿਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ।